ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਨਾਜ਼ਰ ਨੇ ਹਾਜ਼ਰ ਹੋਣਾ। ਉਮੀਦ ਕਰਨਾ ਕਿ ਇਨਸ਼ਾਅੱਲਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਏਗੀ, ਇਹਨ ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ, ਕਮੈਂਟ ਵੀ ਕਰੋਗੇ, ਹਮੇਸ਼ਾ ਤਰ੍ਹਾਂ ਮੁਹੱਬਤਾਂ ਅਤੇ ਚਾਹਤਾਂ ਵੀ ਵੰਡੋਗੇ। ਜਿਹੜੇ ਵੀਰ ਭਰਾ ਦੋਸਤ ਸਾਡੇ ਨਾਲ ਜੁੜੇ ਨੇ, ਪਿਆਰ ਮੁਹੱਬਤ ਕਰਨ ਵਾਲੇ ਨੇ, ਉਹਨਾਂ ਨੂੰ ਦੱਸਦੇ ਜਾਈਏ ਆਪਣੇ ਵੀਰਾਂ ਨੂੰ ਅਮੈਰੀਕਨ ਬੋਲਦੀ ਮਾਸ਼ਾਅੱਲਾ ਵੈਣ ਆਪ ਹੈ, ਔਰ ਜਨਾਬ ਮਗਰਬੀ ਬੱਚੀ ਅਮੈਰੀਕਨ ਬੋਲਦੀ ਸਿੱਖ ਸਿੰਮ ਹੁੰਦੀ ਹੈ। ਔਰ ਮੇਰੇ ਵੀਰ ਭਰਾ ਦੋਸਤ ਜਿਹੜੇ ਟੌਪ ਦੇ ਫਾਰਮਰ ਕਹਿੰਦੇ ਨੇ ਕਿ ਯਾਰ ਬਰੀਡ ਹੋਣੀ ਚਾਹੀਦੀ ਹੈ, ਇਹ ਬਾਹਰ ਦੀ ਜਨਾਬੀ ਦੀ ਇੰਪੋਰਟ ਗਾਂ ਦੇ ਵਿੱਚੋਂ ਜਨਾਬੇ ਲਈ ਬੱਚੀ ਜੰਮੀ ਹੋਈ ਹੈ, ਤਾਂ ਅੱਗੋਂ ਇਹਦੇ ਵਿੱਚੋਂ ਵੀ ਜੰਮੀ ਅੱਲਾ ਉਹਨਾਂ ਬੱਚੀ ਉਹਨਾਂ ਦੇ ਵਿੱਚ ਇਹਦੇ ਵਿੱਚ ਜਨਾਬੇ ਲਈ ਕਮ ਸੇ ਕਮ 50% ਅਸਲ ਸਲੂਕ ਬਾਹਰ ਦੀ ਗਾਂ ਇੰਪੋਰਟਡ ਦੇ ਇਹਦੇ ਵਿੱਚ ਹੈਗੇ ਨੇ। ਜਨਾਬ ਅਮੈਰੀਕਨ ਬੋਲਦੀ ਵੈਡ ਆ, ਔਰ ਮਗਰ ਵੀ ਅਮੈਰੀਕਨ ਬੋਲਦਾ ਵੀ ਰੱਖਿਆ ਸਿਮਨ, ਔਰ ਮਾਸ਼ਾਅੱਲਾ ਦਿੱਤੀ ਬੱਚੀ ਡੱਬੇ ਰੰਗ ਦੀ, ਅਬਲਕ ਰੰਗ ਦੀ, ਔਰ ਆਹ ਵੀ ਅਬਲਕ ਰੰਗ ਦੀ ਹੈ। ਵੈਡ ਦੇ ਕੈਮਰਾ ਮੈਂ ਸਭ ਤਸਲੀਆਂ ਕਰਾ ਦੇ, ਜਿਹੜਾ ਮੇਰਾ ਭਰਾ ਅੱਲਾ ਦੇ ਫਜ਼ਲ ਔਰ ਕਰਮ ਦੇ ਨਾਲ ਗਾਂ ਦੇ ਬੱਚੇ ਨੂੰ ਸਮਝਦਾ 100/100, ਗਾਂ ਦੀ ਬੂਥੀ ਤੋਂ ਲੈ ਕੇ ਗਾਂ ਦੇ ਪ੍ਰਿੰਟ ਤੱਕ, ਪ੍ਰਿੰਟ ਤੋਂ ਲੈ ਕੇ ਗਾਂ ਦੇ ਥਣ ਤੱਕ, ਔਰ ਥਣ ਤੋਂ ਲੈ ਕੇ ਆਰਡਰ ਕੁਆਲਿਟੀ ਤੱਕ, ਆਰਡਰ ਕੁਆਲਿਟੀ ਤੋਂ ਲੈ ਕੇ ਦੋਸਤੋ ਵੈਡ ਦੇ ਮਗਰ ਮਾਸ਼ਾਅੱਲਾ ਬੱਚੀ ਤੱਕ ਸਾਰੇ ਆਰ ਪੂਰੇ ਨੇ। ਦੂਜਣ ਵੈਡ ਦੋਸਤੋ, ਕੋਈ ਫਾਰਮ ਦਾ ਟੈਗ ਕਰਨ ਦੇ ਕੰਨ ਦੇ ਵਿੱਚ ਸੁਰਾਖ ਤੱਕ ਕੋਈ ਨਹੀਂ। ਕੈਮਰਾਮੈਨ ਸਾਹਿਬ ਪਹਿਲੇ ਗਾਂ ਦੀਆਂ ਤਸਲੀਆਂ ਕਰੋ ਕੰਨ ਦੀਆਂ, ਕੋਈ ਮੇਰੇ ਵੀਰ ਹੈ ਜਿਹੜਾ ਕਹਿਣ ਕਿ ਗਾਂ ਫਾਰਮ ਦੀ ਟੈਗ ਲੱਗਿਆ ਕੰਨ ਦੇ ਵਿੱਚ, ਕੋਈ ਸੁਰਾਖ ਕੋਈ ਦੋਸਤੋ, ਕੋਈ ਟੈਗ ਨਹੀਂ ਲੱਗਿਆ। ਮੋਹ ਜਨਾਬੇ 6 ਦਾਂਤ ਦੇ ਬੱਚੀ ਦੱਸਦੀ ਪਈ ਹੈ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਸਾਹਮਣੇ, ਔਰ ਥੱਬੇ ਦਾ ਆਰਡਰ ਕੁਆਲਿਟੀ, ਔਰ ਜਨਾਬ ਜਿਹੜੀ ਬੱਚੀ ਹੈ ਜੇਰ ਹਾਲੇ ਤੱਕ ਕੋਈ ਨਹੀਂ ਪਈ ਦੋਸਤੋ, ਗਾਂ ਸੂਈ ਨੂੰ ਹੱਲ ਘੰਟਾ ਹੋਇਆ ਨਾ ਜੀ, ਅੱਧਾ ਪੌਣਾ ਘੰਟਾ ਹੋ ਗਿਆ ਜਨਾਬ ਸੂਈ ਨੂੰ, ਔਰ ਬੱਚੀ ਦੇ ਆਰ ਵੇਖਣੇ ਨੇ, ਔਰ ਜਿਹਦੀ ਵੀਡੀਓ ਜਨਾਬੇ ਲਈ ਚੁਆਈ ਨਹੀਂ ਕਰਨੀ, ਖਾਣ ਵਿੱਚ ਪਾਸ ਕਰਾ ਦਿਆ, ਚੁਆਈ ਜੇਰ ਪਾਉਣ ਤੋਂ ਬਾਅਦ ਬਾਈ ਕਰੇਗਾ, ਤਸਲੀਆਂ ਕਰਾ ਦੇਣੀਆਂ ਨੇ, ਦੀਦਾਰ ਗਾਂ ਦੇ ਕਰਨੇ ਨੇ, ਗਾਂ ਦਾ ਖੁੱਦ ਤੋਂ ਲੈ ਕੇ ਨੱਕ ਦੇ ਵਾਲ ਤੱਕ ਵੇਖਣਾ, ਨੱਕ ਦੇ ਵਾਲ ਤੋਂ ਲੈ ਕੇ ਗਾਂ ਦੀ ਲਾਂਭ ਤੱਕ ਵੇਖਣਾ, ਗਾਂ ਦੇ ਸਾਰੇ ਅਸਰ ਸਾਰੇ ਸਲੂਕ ਵੇਖਣੇ ਨੇ। ਅੱਲਾ ਦੇ ਕੁਨਾ ਜੀ, ਅਗਰ ਇਹ ਗਾਂ ਦਾ ਬੱਚਾ ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਪਸੰਦ ਨਹੀਂ ਆਉਣਾ, ਤੇ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ ਕਿ ਭਾਵੇਂ 48 ਲੱਖ ਚੈਨਲ ਬਣ ਜਾਵੇ, 48 ਕਰੋੜ ਚੈਨਲ ਬਣ ਜਾਵੇ, ਮੇਰੇ ਵੀਰਾਂ ਭਰਾਵਾਂ ਦੋਸਤਾਂ ਨੂੰ ਵੀਡੀਓ ਪਸੰਦ ਨਹੀਂ ਆਉਣੀ। ਦੋਸਤੋ, ਬ੍ਰੈਂਡ ਇਹਨਾਂ ਨੂੰ ਕਿਹਾ ਜਾਂਦਾ, ਇਹਨਾਂ ਨੂੰ ਇੱਕ ਜਾਨਵਰ ਦੀ ਨਸਲ ਕਿਹਾ ਜਾਂਦਾ, ਇਹਦੇ ਤੋਂ ਮੇਰਾ ਕੋਈ ਵੀਰ ਭਰਾ ਦੋਸਤ ਦੁੱਧ ਲੈਣ ਵਾਲਾ ਆਇਆ 30+ ਕੀ ਛੱਡ ਕੇ 40+ ਵੀ ਦੁੱਧ ਲੈ ਸਕਦਾ ਇਸ ਬੱਚੀ ਕੋਲੋਂ, ਔਰ ਬੱਚੀ ਦੇ ਆਰ ਦੱਸਦੇ ਪਏ ਨੇ, ਇਹ ਗੱਲਾਂ ਬਾਤਾਂ ਦੱਸਣ ਵਾਲੀਆਂ ਨਹੀਂ ਨੇ ਭਾਈ, ਕੋਈ ਗਰਮੀ ਦੀ ਪਰਵਾਹ ਨਾ, ਤਾਜ਼ਾ ਸੂਏ ਜਾਨਵਰ ਨੂੰ ਕਰਨੀ ਨਹੀਂ ਚਾਹੀਦੀ, ਤਾਜ਼ਾ ਸੂਏ ਨੂੰ ਜੇਰ ਹੁੰਦੀ ਵਿੱਚ ਸਾਰੀ ਗੱਲ ਹੁੰਦੀ, ਜਾਨਵਰ ਨੂੰ ਹੁੰਦੀ ਵੀ ਹੈ ਪਰਵਾਹ ਕੋਈ ਦੀ। ਇਹ ਦੋਸਤੋ ਨਾ ਕੋਈ ਸ਼ਾਬਰਾ ਵਾਲੀ ਹੈ, ਨਾ ਕੋਈ ਜਨਾਬੇ ਉੱਤੇ ਪੱਖਿਆ ਵਾਲੀ ਹੈ, ਨਾ ਕੋਈ ਵਾਲੀ ਹੈ, ਲੋਕ ਗਾਵਾਂ ਲੈ ਰਹਿੰਦੇ ਨੇ 8ਵੇਂ 8ਵੇਂ ਸੂਬੇ ਤੇ ਕਹਿ ਦੇ ਨੇ, ਦੂਜਰੇ ਇਹਨਾਂ ਨੂੰ ਦੂਜਰ ਕਹਿੰਦੇ ਨੇ, ਇਹ ਦੂਜਰ ਵੈਣ ਮੇਰੇ ਵੀਰਾਂ ਦੇ ਸਾਹਮਣੇ, ਔਰ ਮਾਸ਼ਾਅੱਲਾ ਰੇਸ਼ਮ ਰੰਗਾ ਜਾਨਵਰ ਹੈ ਜਿਹਨੂੰ ਕਿਹਾ ਜਾਂਦਾ ਨਾ ਅੱਲਾ ਦੇ ਹੁਕਮ ਨਾਲ ਰੇਸ਼ਮ ਹੈ ਦੋਸਤੋ, ਇਹਨਾਂ ਨੂੰ ਕਿਹਾ ਜਾਂਦਾ ਰੇਸ਼ਮ। ਆਰਡਰ ਕੁਆਲਿਟੀ ਪੂਰਾ ਦੁੱਧ ਵਾਲਾ ਮਿਲਕ ਵਾਲਾ ਦੋਸਤੋ, ਮਗਰ ਗੁਲਾਬੀ ਨਾਸ ਦੇ ਵਿੱਚ ਵੱਛੀ ਹੈ, ਆਹ ਵੀ ਵੈਡ ਜਨਾਬ ਅਮੈਰੀਕਨ ਬੋਲਦੀ ਹੈ ਮਗਰ ਬੱਚੀ ਵੀ ਅਮੈਰੀਕਨ ਬੋਲਦੀ, ਪੂਰੇ ਮੋਟ ਮੋਟ ਜਨਾਬ ਮਾਸ਼ਾਅੱਲਾ ਪੂਰਾ ਮੋਟ ਮੋਟ ਦਾ ਤੇ ਰੋਗ ਰੋਗ ਦਾ ਥਾਣੇ ਪਾ ਜਾਣ ਭਾਈ ਜਾਨ, ਸਾਰੇ ਥਾਂ ਚ ਦੋ ਦੋ ਤਾਰਾਂ ਮਾਰ ਕੇ ਵਿਖਾ ਦੇ, ਉਹ ਕੋਈ ਬਾ ਲੈ ਲੈ, ਕੋਈ ਸ਼ੈ ਲੈ ਲੈ, ਥੱਲੇ ਦੋ ਦੁੱਧ ਦੀਆਂ ਤਾਰਾਂ ਨੀ ਮਾਰਨੀਆਂ, ਇਹ ਆਪਾਂ ਵੀਰ ਦੇਖਦੇ ਪਏ ਨੂੰ, ਉੱਪਰ ਟੰਗਾ ਨੀ ਲੱਗਦਾ ਵੈਣ ਨੂੰ, ਥੱਲੇ ਭਾਈ ਖੁੱਚਿਆਂ ਦੇ ਕੋਲ ਬੰਨੀ ਜਾਂਦਾ ਜਿੱਥੇ ਮੱਝ ਦਾ ਬੰਨੀਦਾ, ਇਹਨਾਂ ਨੂੰ ਕਿਹਾ ਜਾਂਦਾ ਕਿ ਥੱਬਿਆਂ ਦੇ ਆਰਡਰ ਕੁਆਲਿਟੀ ਵੰਗਾ ਵੀ ਨਹੀਂ ਬੱਜੇਗਾ, ਇਹਨਾਂ ਨੂੰ ਕਿਹਾ ਜਾਂਦਾ, ਅਗਲਾ ਵੀ ਚੈੱਕ ਕਰਾ ਦੇ ਗਾਂ ਪੂਰੀ ਦੋਸਤੋ ਸੀਲ ਸਾਊ ਹੈ,
ਕਮਾਲ ਦਾ ਚੋਆ। ਅੱਲਾ ਦੇ ਕੋਲ ਜਿਹੜਾ ਮੇਰਾ ਭਰਾ ਲੈ ਗਿਆ ਨਾ ਇੱਕ ਵਾਰੀ ਦੁਆਵਾਂ 'ਚ ਯਾਦ ਕਰੇਗਾ, ਔਰ 100 ਗਾਂ ਲੈਣੀ ਹੋਵੇ, 100,000 ਲੈਣੀ ਹੋਈ, ਔਰ 50,000 ਲੈਣੀ ਹੋਈ, ਅੱਲਾ ਦੇ ਕੋਲ ਮੋਟੇ ਤੋਂ ਇਸ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਪੂਰੀ ਟੀਮ ਤੋਂ ਖਰੀਦਣਗੇ, ਕਿਉਂਕਿ ਖਰਾ ਕੰਮ ਲਾਜਵਾਬ ਕਰਨਾ, ਵੀਰਾਂ ਦੇ ਦਿਲ ਲੱਗਣ ਵਾਲੀਆਂ ਗੱਲਾਂ ਕਰਨੀਆਂ ਨੇ, 100/100 ਜਿਹੜੀਆਂ ਗੱਲਾਂ ਸੋਨੇ ਰੰਗੀਆਂ ਖਰੀਆਂ ਦੂਸਰੇ ਹੱਥ ਨਾਲ ਪਾਈ ਜਾਣ। ਐਸ ਆਪਣੇ ਕੋਲ ਐ ਮਾਸ਼ਾਅੱਲਾ ਜੀ, ਮਾਸ਼ਾਅੱਲਾ, ਠੀਕ ਹੋ ਗਿਆ ਜੀ ਮਾਤਾ ਜੀ। ਕੋਈ ਲੋੜ ਨਹੀਂ ਡੱਬੇ ਭਰਨ ਦੀ, ਗਾਂ ਕਈ ਡੱਬੇ ਭਰਨੇ ਨੇ, ਇਹਨੇ ਬਾਲਟੇ ਭਰਨੇ ਨੇ, ਡੱਬਿਆਂ ਫੜਾ ਦੇ ਪਾਈ ਗਾਂ ਦੇ ਡੱਬੇ ਭਰਨੇ, ਮਾਸ਼ਾਅੱਲਾ, ਬਿਲਕੁਲ ਜੀ। ਮੋਟਾ ਜੀ ਹੱਕ ਅੱਲਾ ਦੀ ਗੱਲਾਂ ਕਰਨੀਆਂ ਨੇ, ਮੇਰੇ ਸ਼ਰਤਾਂ ਮੇਰੇ ਭਰਾ ਨੇ ਆਪਣੀ ਲੱਗੀ ਨੂੰ ਕਮ ਸੇ ਕਮ 2-3 ਮਹੀਨੇ। ਅਲਹਮਦੁਲਿਲਾ ਤੇਰਾ ਜਾਨਵਰ ਇੱਥੇ ਸੇਲ ਹੁੰਦਾ ਹੈ, ਅੱਲਾ ਨੇ ਤੈਨੂੰ ਇੱਕ ਇੱਜ਼ਤ ਔਰ ਇੱਕ ਮਿਆਰ ਬਣਾ ਦਿੱਤਾ, ਤੇਰਾ ਅੱਡਾ ਚੱਲ ਗਿਆ। ਹਾਂਜੀ, ਗੱਲ ਕਰਨ ਦਾ ਮਕਸਦ ਇੱਕ, ਜਿਹੜਾ ਇੱਕ ਵਾਰੀ ਲੈ ਜਾਂਦਾ ਦੁਬਾਰਾ ਵੀ ਰਾਬਤਾ ਕਰਕੇ ਤੇਰੇ ਕੋਲ ਜਾਨਵਰ ਲੈ, ਅੱਲਾ ਦੇ ਹੁਕਮ ਨਾਲ ਜਵੇਦ ਭਾਈ, ਜਿਹੜਾ ਇੱਕ ਵਾਰੀ ਲੈ ਜਾਂਦਾ ਦੁਬਾਰਾ 10-10, 12-12 ਡੰਗਰ ਲੈ ਜਾਂਦਾ, 10-10, 12-12 ਡੰਗਰ ਲੈ ਜਾਂਦਾ। ਇਹ ਵੀਡੀਓ ਆਪਾਂ ਦਿਖਾ ਦਿੱਤੀ, ਗਾਂ ਦੇ ਥਣ ਪਾਸ ਕਰਾ ਦਿੱਤੇ, ਗਾਂ ਅੱਖਾਂ ਵਾਲੇ ਬੰਦੇ ਵੇਖਦੇ ਪਏ ਨੇ ਗਾਂ ਦੇ ਦੁੱਧ ਕਿੰਨਾ ਕਰਨਾ ਹੈ ਜਾਂ ਕੀ ਗੱਲ ਬਾਤ ਇਹਦਾ। ਉਹ ਪਹਿਲੇ ਸੂਏ ਵੱਛੀ ਨਾ ਜਿਹੜੀ ਹੈ, ਪਹਿਲੇ ਸੂਏ ਇਹ ਵੱਛੀ ਆਪਣੇ ਪਿੰਡ ਦੀ, ਇਹ ਪਿੰਡ ਚੁੱਪਦੀ ਰਹੀ ਵੱਛੀ, ਪਹਿਲੇ ਸੂਏ 27-28 ਕਿਲੋ ਦੁੱਧ ਕਰਦੀ। ਸਾਰੀ ਗੱਲ ਵੀਰਾਂ ਭਰਾਵਾਂ ਨੇ ਵੇਖ ਲਈ, ਤਸੱਲੀ ਕਰਦੀ ਹੈ। ਅਗਰ ਕੋਈ ਦੋਸਤ ਵੀਰ 50,000-40,000 ਸਾਨੂੰ ਬਿਆਨਾ ਕਰਾ ਦੇਵੇ, ਉੱਤੇ ਆਵੇ ਗਾਂ 8ਵੇਂ ਦਿਨ ਆਵੇ, 8ਵੇਂ ਦਿਨ 4 ਦਿਨ ਚੋਵੇ, 5 ਦਿਨ ਚੋਵੇ, ਜੇ 30-29 ਵੀ ਕਰ ਜਾਵੇ, ਆਪਾਂ ਦੋਸਤਾਂ ਵੀਰਾਂ ਨੂੰ ਬਿਆਨੇ ਨਾਲ ਬਿਆਨਾ ਵੀ ਦੇਵਾਂਗੇ, ਜੁਰਮਾਨਾ ਵੀ ਦੇਵਾਂਗੇ। ਹਾਂਜੀ, ਮੇਰੀ ਗੱਲ ਸੁਣਨਾ, ਸਾਰੀ ਗੱਲ ਬਿਨਾਂ ਭਰਾਵਾਂ ਦੋਸਤਾਂ ਨੇ ਵੇਖ ਲਈ, ਸੁਣ ਲਈ, ਸੁਣਾ ਲਈ, ਇਹ ਦੱਸਣਾ ਕਿ ਬੈਠ ਦੀ ਜੇਬ ਤੇ ਮੈਨੂੰ ਵੀਡੀਓ ਜ਼ਰੂਰ ਸੈਂਡ ਕਰਨੀ, ਜ਼ਰੂਰ ਬੈਠ ਦਾ ਪੱਕਾ ਜਿਹਾ ਮੁੱਲ ਕਰਦੇ ਕਿ ਜਿਹੜਾ ਆਪਾਂ ਲੈਣਾ, ਬਲਕਿ ਉਹ ਹੀ ਕਰਨਾ ਮੁੱਲ ਜਿਹੜਾ ਆਪਾਂ ਲੈਣਾ ਲੋਕਾਂ ਤਰਫ, ਬਸ 100 ਵੀ ਨਹੀਂ ਮੰਗਣਾ, ₹95,000 ਜ਼ਰੂਰ ਹੋਵੇਗਾ, ਗਾਂ ਦਾ ਆਰਡਰ ਕੁਆਲਿਟੀ, ਗਾਂ ਦੀਆਂ ਗਾਂ ਦੇ ਦੁਬਾਰਾ ਫਿਰ ਦੁਬਾਰਾ ਚੈੱਕ ਕਰਾ ਦੇ ਕਿ ਮੇਰੇ ਵੀਰ ਇੰਜ ਨਾ ਆਖਣ ਕਿ ਜਾਨਵਰ ਦਾ ਰੇਟ ਅੱਲਾ ਦੇ ਕੋਲ ਮੇਰੇ ਵੀਰਾਂ ਦੱਸੇਗਾ ਕਿ ਮੇਰਾ ਉਹਦੀ ਜੁਰਤ ਔਰ ਉਹਦੀ ਸ਼ਕਲ, ਉਹਦੀ ਸ਼ਖਸੀਅਤ ਔਰ ਜਾਨਵਰ ਦੀ ਪੂਰੇ ਵਜੂਦ ਔਰ ਨਸਲ ਦੇ ਮੁਤਾਬਕ ਹੋਇਆ ਦੋਸਤੋ, ਕਿ ਵੱਧ ਹੈ। ਇਹ ਤੁਸੀਂ ਤਸੱਲੀਆਂ ਕਰਨੀਆਂ ਨੇ, ਗਾਂ ਦਾ ਬੱਚਾ 240 ਪਿੰਡ ਫਿਰਿਆ ਲੱਭਦਾ,
ਉਹ 100 ਫਾਰਮ ਫਿਰਿਆ ਵੀ ਨਹੀਂ ਕੋਈ ਦਿੰਦਾ ਇਹਦਾ ਜਾਨਵਰ। ਇਹ ਮਜਬੂਰੀਆਂ ਦਾ ਜਾਨਵਰ ਲੱਭਦੇ ਨੇ ਜਾਂ ਵਿਕਦੇ ਨੇ, ਔਰ ਵੈੜ ਦੇ ਪੂਰੇ ਨਖਰੇ ਪੂਰੇ ਆਰ ਤੁਹਾਡੇ ਸਾਹਮਣੇ ਨੇ। ਵੈੜ ਨਸਲੋ ਜ਼ਾਤ ਤੋਂ ਚੰਗੀ ਜਿਹੜਾ ਖਰੀਦਣਾ ਚਾਹੁੰਦਾ, ਰਾਬਤਾ ਨੰਬਰ ਮੇਰਾ ਭਰਾ ਲੈ ਸਕਦਾ 0304 5104051 ਇਸੇ 'ਤੇ ਵਟਸਐਪ ਹੈ ਔਰ ਇਸੇ 'ਤੇ ਰਾਬਤਾ ਨੰਬਰ ਹੈ। ਔਰ ਇਨਸ਼ਾਅੱਲਾ ਤਾਲਾ ਉਮੀਦ ਕਰਨਾ ਕਿ ਵੀਡੀਓ ਪਸੰਦ ਆਏਗੀ, ਹਮੇਸ਼ਾ ਤਰ੍ਹਾਂ ਲਾਈਕ ਕਰਦੇ ਰਹੋਗੇ, ਸ਼ੇਅਰ ਕਰਦੇ ਰਹੋਗੇ, ਮੁਹੱਬਤਾਂ ਵੰਡਦੇ ਰਹੋਗੇ, ਚਾਹਤਾਂ ਵੰਡਦੇ ਰਹੋਗੇ, ਔਰ ਹਮੇਸ਼ਾ ਤੁਹਾਡਾ ਦੇਸ਼ ਪੰਜਾਬ ਟੀ ਵੀ ਨਾਲ ਪਿਆਰ ਕਰਦੇ ਰਹੋਗੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਠੀਕ ਹੋ ਗਿਆ ਜੀ।